ਕੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮਹ ਜੁਗਾਦ ਗੁਰ ਏ ਨਮਹ ਸਤਿਗੁਰ ਏ ਨਮਹ ਸ੍ਰੀ ਗੁਰਦੇਵ ਏ ਨਮਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਸਰੂਪ ਗੁਰੂ ਖਾਲਸਾ ਸਤਸੰਗਤ ਜੀ, ਗੁਰਬਾਣੀ ਪੜ੍ਹ ਕੇ ਮਨੁੱਖ ਦਾ ਆਤਮ ਕਲਿਆਣ ਹੁੰਦੀ ਹੈ। ਬਾਣੀ ਉਚਰੈ ਸਾਧ ਜਨ ਅੰਮਿਓ ਚੱਲੈ ਝਰਨੇ, ਅੰਮ੍ਰਿਤ ਦੇ ਝਰਨੇ ਬਾਣੀ ਵਿੱਚੋਂ ਹੀ ਚੱਲਦੇ ਹਨ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਈ, ਇਹ ਮਹਾਨ ਪੁਰਖਾਂ ਦੀ ਬਾਣੀ ਹੈ। ਗੁਰਮੁਖਾਂ ਦਾ ਉੱਦਮ ਉਪਰਾਲਾ ਹੈ। ਸ਼੍ਰੀ ਸੁਖਮਨੀ ਸਾਹਿਬ ਜੀ ਦੇ ਆਪਾਂ 24 ਸਲੋਕਾਂ ਦੀ ਕਥਾ ਸਰਵਣ ਕਰਾਂਗੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਗੁਰੂ ਅਰਜਨ ਸਾਹਿਬ ਜੀ ਕਿਰਪਾ ਕਰ ਰਹੇ ਨੇ, ਆਓ ਪ੍ਰੇਮ ਨਾਲ ਸਰਵਣ ਕਰੀਏ। ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ। ਗੌੜੀ ਰਾਗ ਦੇ ਅੰਦਰ ਸੁਖਮਨੀ ਸਾਹਿਬ ਨਾਮ ਦੀ ਬਾਣੀ ਗੁਰਸਿੱਖਾਂ ਦੀ ਬੇਨਤੀ ਕਰਨ ਦੇ ਉੱਪਰ ਸਤਿਗੁਰੂ ਜੀ ਨੇ ਉਚਾਰਨ ਕੀਤੀ, ਹੁਕਮ ਕੀਤਾ, ਗੁਰਸਿੱਖੋ ਇਹ ਬਾਣੀ ਪੜ੍ਹ ਲਿਆ ਕਰੋ, 8 ਪਹਿਰ 24 ਘੰਟੇ 24,000 ਸਵਾਸ ਤੁਹਾਡੇ ਸਫਲੇ ਹੋ ਜਾਣਗੇ। ਪੰਜਵੇਂ ਪਾਤਸ਼ਾਹ ਜੀ ਦੇ ਹੁਕਮ ਨੇ ਸਲੋਕ ਉਸ ਲੋਕ ਦੀ ਪ੍ਰਾਪਤੀ, ਸਵੈ ਲੋਕ, ਸਲੋਕ ਸਮੀਪ ਸਰੂਪ ਸਾਜੁਜ, ਇਹ ਤਾਂ ਸੰਗਤ ਜੀ 4 ਕਿਸਮ ਦੀਆਂ ਮੁਕਤੀਆਂ ਕਹੀਆਂ ਨੇ। ਇੱਥੇ ਸਲੋਕ ਉਸ ਲੋਕ ਦੀ ਪ੍ਰਾਪਤੀ ਹੈ ਜਿਹਦੇ ਬਾਬਤ ਭਗਤ ਜੀ ਨੇ ਕਿਹਾ ਬੇਗਮਪੁਰਾ ਸ਼ਹਿਰ ਕੋ ਨਾਉ। ਬੇਗਮਪੁਰਾ ਸ਼ਹਿਰ ਕੋ ਨਾਉ, ਸੰਸਾਰ ਬੇਗਮਪੁਰਾ ਕੌਣ, ਜਿੱਥੇ ਕਹਿੰਦੇ ਕੋਈ ਦੁੱਖ ਨਾ ਭੁੱਖ ਨਾ ਹੋਵੇ ਉਸ ਲੋਕ ਦੀ ਪ੍ਰਾਪਤੀ ਹੋਣੀ, ਇਹ ਸੰਗਤ ਜੀ ਸਲੋਕ ਹੈ। ਹਜ਼ੂਰ ਅੱਗੇ ਵਸਤੂ ਨਿਰਦੇਸ਼ਕ ਮੰਗਲ ਉਚਾਰਨ ਕਰਦੇ, ਇੱਕ ਅਦੁੱਤੀ ਸਰੂਪ ਪਰਮਾਤਮਾ ਓਅੰਕਾਰ ਸਰਬ ਦੇ ਪ੍ਰਕਾਸ਼ਕ, ਤ੍ਰੇਈ ਕਾਲ ਬਾਦ ਤੁੰਗ ਸਤ ਤੁੰਗ ਚੇਤਨ ਤੰਗ ਤੁੰਗ ਆਨੰਦ ਤੁੰਗ, ਬਾਦ ਕੱਟਣ ਤੋਂ ਰਹਿਤ ਹੈ, ਸਤ ਸਰੂਪ ਨੇ, ਚੇਤਨ ਸਰੂਪ ਨੇ, ਆਨੰਦ ਸਰੂਪ ਨੇ। ਅੱਗੇ ਸਲੋਕ ਦੀ ਪ੍ਰਾਰੰਭਤਾ ਕਰਦੇ ਨੇ, ਆਦ ਗੁਰ ਏ ਨਮਹ। ਆਦ ਹੈ ਮੁੱਢਲੇ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ। ਇਹਦੇ ਵਿਦਵਾਨ ਦੋ ਕਿਸਮ ਨਾਲ ਅਰਥ ਕਰ ਲੈਂਦੇ ਹਨ। ਪਹਿਲਾਂ ਅਰਥ ਕਰਦੇ ਆਦ ਗੁਰੂ, ਗੁਰੂ ਅਕਾਲ ਪੁਰਖ ਵਾਹਿਗੁਰੂ ਜੀ, ਇਹ ਵਿਆਕਰਣ ਦੇ ਮੁਤਾਬਕ ਤਾਂ ਹੀ ਆਦਿ ਗੁਰੂ ਜੀ ਤਾਂ ਹੀ ਮੇਰੀ ਨਮਸਕਾਰ ਹੈ। ਜਦੋਂ ਯੁੱਗ ਆਦਿਕ ਨਹੀਂ ਬਣੇ ਸੀ, ਜੁਗਾਦ ਗੁਰੇ ਨਮਹ, ਯੁੱਗ ਆਦਿਕ ਨਹੀਂ ਬਣੇ ਉਹਨਾਂ ਦੇ ਆਦਿ ਮੁੱਢ ਪਰਮਾਤਮਾ, ਜਦੋਂ ਯੁੱਗ ਆਦਿਕ ਨਹੀਂ ਬਣੇ ਉਹਦੇ ਤੋਂ ਵੀ ਪਹਿਲਾਂ ਮੁੱਢ ਸਰੂਪ ਨੇ, ਇਸ ਕਰਕੇ ਗੁਰੂ ਸਾਹਿਬ ਜੀ ਨੂੰ ਮੇਰੀ ਨਮਸਕਾਰ ਹੈ। ਤੀਸਰਾ ਅਰਥ ਕਰਦੇ ਹਨ ਸਤਿਗੁਰ ਏ ਨਮਹ ਹੈ, ਸਤਿਗੁਰੂ ਸੱਚੇ ਗੁਰੂ, ਅਵਿਨਾਸ਼ੀ ਗੁਰੂ, ਨਾਸ ਤੋਂ ਰਹਿਤ ਗੁਰੂ। ਵੈਸੇ ਜਿਹੜਾ ਗੁਰੂ ਸ਼ਬਦ ਹੈ ਨਾ, ਇਹ ਕਦੇ ਮਰਦਾ ਨਹੀਂ, ਅਮਰ ਸ਼ਬਦ ਹੈ ਗੁਰੂ। ਗੋ ਨਾਮ ਅਗਿਆਨਤਾ ਦਾ, ਰੋ ਨਾਮ ਪ੍ਰਕਾਸ਼ ਦਾ ਹੈ। ਅਗਿਆਨਤਾ ਦੇ ਵਿੱਚ ਪ੍ਰਕਾਸ਼ ਕਰਨ ਵਾਲੇ ਗੁਰੂ ਅਵਿਨਾਸ਼ੀ ਨੇ, ਜਿਨ੍ਹਾਂ ਦਾ ਨਾਸ ਨਹੀਂ, ਦੁਨੀਆਂ ਆਈ ਜਾਂਦੀ ਜਾਈ ਜਾਂਦੀ ਹੈ। ਅਤੇ ਇਸ ਤਰ੍ਹਾਂ ਆਦਿ ਗੁਰੂ, ਸਤਿਗੁਰੂ, ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ 'ਚ ਮੇਰੀ ਨਮਸਕਾਰ ਹੈ। ਸ਼੍ਰੀ ਗੁਰਦੇਵ ਏ ਨਮਹ, ਸ਼੍ਰੀ ਨਾਮ ਸ਼੍ਰੋਮਣੀ ਦਾ, ਸਤਸੰਗਤ ਜੀ ਸ਼੍ਰੋਮਣੀ ਗੁਰੂ ਸਾਹਿਬ ਜੀ ਨੂੰ ਮੇਰੀ ਨਮਸਕਾਰ। ਆਦਿ ਗੁਰੂ, ਗੁਰੂ ਨਾਨਕ ਸਾਹਿਬ ਜੀ ਨੂੰ ਨਮਸਕਾਰ ਹੈ। ਯੁੱਗ ਆਦਿ, ਦੋ ਗੁਰੂਆਂ ਤੋਂ ਪਹਿਲਾਂ ਗੁਰੂ ਅੰਗਦ ਸਾਹਿਬ, ਦੂਸਰੇ ਗੁਰੂ ਸਾਹਿਬ ਜੀ ਨੂੰ ਮੇਰੀ ਨਮਸਕਾਰ ਹੈ। ਸਤਿਗੁਰ ਏ ਨਮਹ, ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ 'ਚ ਮੇਰੀ ਨਮਸਕਾਰ। ਜਿਹੜਾ ਗੁਰੂ ਦਾ ਗੁਰੂ ਹੋਵੇ ਉਹ ਵੀ ਸਤਿਗੁਰੂ ਜੀ ਹੁੰਦੇ ਨੇ। ਗੁਰੂ ਗੁਰੂ ਅਰਜਨ ਸਾਹਿਬ ਜੀ ਦੇ, ਗੁਰੂ ਰਾਮਦਾਸ ਸਾਹਿਬ ਦੇ, ਗੁਰੂ ਅਮਰਦਾਸ ਸਾਹਿਬ ਜੀ, ਉਹਨਾਂ ਦੇ ਚਰਨਾਂ 'ਚ ਵੀ ਮੇਰੀ ਨਮਸਕਾਰ ਹੈ। ਅਗਲਾ ਬਚਨ ਕਹਿੰਦੇ ਨੇ ਸ੍ਰੀ ਗੁਰਦੇਵ ਏ ਨਮਹ, ਸ੍ਰੀ ਸ਼੍ਰੋਮਣੀ ਮਾਇਆ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ 'ਚ ਵੀ ਮੇਰੀ ਦੋਨੋਂ ਹੱਥ ਜੋੜ ਕੇ ਨਮਸਕਾਰ ਹੈ। ਗੁਰੂ ਨਾਨਕ ਸਾਹਿਬ ਜੀ, ਗੁਰੂ ਅੰਗਦ ਸਾਹਿਬ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਸਾਹਿਬ ਜੀ, ਆਪ ਜੀ ਦੇ ਚਰਨਾਂ 'ਚ ਦੋਨੋਂ ਹੱਥ ਜੋੜ ਕਰਕੇ ਸੀਸ ਝੁਕਾ ਕੇ ਸਾਡੀ ਨਮਸਕਾਰ ਹੈ। ਆਪ ਜੀ ਨੇ ਨਮਸਕਾਰ ਪ੍ਰਵਾਨ ਕਰਨੀ, ਇਹ ਪਹਿਲਾ ਸਲੋਕ ਆਪ ਜੀ ਨੇ ਉਚਾਰਨ ਕੀਤਾ। ਇਹਦੇ ਵਿੱਚ ਮੰਗਲਾਚਰਨ ਗੁਰੂ ਸਾਹਿਬ ਦੇ ਚਰਨਾਂ 'ਚ ਨਮਸਕਾਰ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।